ਮੇਰਾ ਨਵਾਂ ਜੀ ਰੰਗੀ ਰੈਕੋਟ, ਰੈਕੋਟ ਸ਼ਹਿਰ ਦੇ ਰਹਿਣ ਵਾਲੇ ਹਾਂ। ਇਹ ਮੇਰੇ ਕੈਦੀ ਭਰਾ ਨੇ ਅਤੇ ਬਾਕੀ ਵੀਰ ਸਾਰੇ ਬਾਹਰ ਖੜ੍ਹੇ ਆ, ਥੱਲੇ ਜਿਹੜੇ ਆਪਣੇ ਜਗ੍ਹਾ ਘੱਟ ਕਰਕੇ ਉੱਪਰ ਨਹੀਂ ਆ ਸਕਦੇ। ਅਤੇ ਸਾਰੇ ਪੰਜਾਬ ਦੇ ਕੈਦੀਆਂ ਵੱਲੋਂ ਹੀ ਮੈਂ ਅਪੀਲ ਕਰਨ ਵਾਸਤੇ ਆਇਆ ਪੱਤਰਕਾਰ ਭਰਾਵਾਂ ਕੋਲ। ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਉਮਰ ਕੈਦ ਪੂਰੀ ਕਰਕੇ 20 ਕੈਦੀਆਂ ਨੂੰ 2-2 ਸਾਲ ਉੱਪਰ ਹੋ ਗਏ, 3-3 ਸਾਲ ਰਿਹਾਈ ਨਹੀਂ ਹੋ ਰਹੀ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਮੈਂ ਕਲੀਅਰ ਕਰਦਿਆਂ ਵੀ ਜਿਹੜੇ ਉਮਰ ਕੈਦੀ ਆ CBI ਦੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ, ਸਾਡੇ ਨੋਰਮਲ ਪਰਚੇ ਆ। ਵੀ ਤੁਸੀਂ ਉਹ ਚੀਜ਼ ਨੂੰ ਨਾਲ ਜੋੜ ਕੇ ਨਾ ਲਿਓ ਵੀ ਉਹ ਜਿਹੜੇ CBI ਵਾਲੇ ਪਰਚੇ ਨੇ, ਰਿਹਾਈ ਤਾਂ ਉਹਨਾਂ ਦੀ ਵੀ ਹੋਣੀ ਚਾਹੀਦੀ ਆ, ਉਹਨਾਂ ਨੂੰ ਵੀ ਹੱਕ ਬਣਦਾ ਉਹਨਾਂ ਦਾ ਵੀ ਰਿਹਾਈ ਹੋਣ ਦਾ, ਪਰ ਸਾਡਾ ਉਹਨਾਂ ਨਾਲ ਨਹੀਂ ਸੰਬੰਧ ਹੈਗਾ, ਸਾਡੇ ਨੋਰਮਲ ਪਰਚੇ ਆ। ਇੱਕ ਕੈਦੀ ਨੂੰ ਪਹਿਲੀ ਗੱਲ ਤਾਂ ਜਿਹੜੀ ਸਜ਼ਾ ਉਹ ਟਾਈਮ 'ਤੇ ਨਹੀਂ ਹੁੰਦੀ, ਜੇ ਉਹਨੂੰ ਕੈਦੀ ਮੰਨ ਹੀ ਲਿਆ ਤੁਸੀਂ ਦੋਸ਼ੀ ਇਕਰਾਰ ਕਰ ਹੀ ਦਿੱਤਾ, ਉਹਨੂੰ ਸਜ਼ਾ ਟਾਈਮ ਨਾਲ ਮਿਲੀ ਹੋਵੇ, ਉਹਦੀ ਟਾਈਮ ਨਾਲ ਰਿਹਾਈ ਹੋਵੇ, 9-9 ਸਾਲ ਬਾਅਦ ਤਾਂ ਫੈਸਲੇ ਆਏ ਨੇ। ਅਤੇ ਹੁਣ ਆਪਾਂ ਫਿਰ ਉਸ ਤੋਂ ਬਾਅਦ ਪ੍ਰੋਵੀਜ਼ਨ ਰੱਖੀ ਹੋਈ ਆ ਵੀ ਕੈਦੀਆਂ ਨੂੰ ਛੁੱਟੀ ਵਾਸਤੇ ਗੁੱਡ ਕਰੈਕਟਰ ਆ ਜਿਹੜਾ ਆਪਾਂ ਨੂੰ ਉਹ ਚਾਹੀਦਾ। ਕੈਦੀ ਦੀ 4 ਮਹੀਨਿਆਂ ਬਾਅਦ ਸਜ਼ਾ ਹੋਣ ਤੋਂ 4 ਮਹੀਨਿਆਂ ਬਾਅਦ ਪਹਿਲੀ ਛੁੱਟੀ ਜਾਂਦਾ ਕੈਦੀ, ਕਿਸੇ ਦੀ 1 ਮਹੀਨੇ ਬਾਅਦ ਪਾਸ ਹੁੰਦੀ ਆ, ਕਿਸੇ ਦੀ 6 ਮਹੀਨੇ ਬਾਅਦ ਪਾਸ ਹੁੰਦੀ ਆ, ਕਿਸੇ ਦੀ ਸਾਲ 2-2 ਸਾਲ ਲੱਗ ਜਾਂਦੇ ਆ, ਪਹਿਲੀ ਛੁੱਟੀ ਨਹੀਂ ਪਾਸ ਹੁੰਦੀ। ਜਦੋਂ ਉਹ DC ਸਾਹਿਬ ਤੋਂ SSP ਸਾਹਿਬ ਦੇ SHO ਸਾਹਿਬ DSP ਸਾਹਿਬ ਉਹ ਸਾਰਾ ਪ੍ਰਵੇਸ ਕੱਢ ਕੇ 1 ਮਹੀਨਾ ਪੂਰਾ ਕਲੀਅਰ ਕਰਕੇ ਛੁੱਟੀ ਪਾਸ ਹੋ ਜਾਂਦੀ ਆ, ਛੁੱਟੀ ਜਾਣ ਦੇ ਬਾਵਜੂਦ ਉਹ ਕੋਈ ਵਿਆਹ ਸ਼ਾਦੀ ਨਹੀਂ ਜਾ ਸਕਦਾ, ਉਹ ਕਿਸੇ ਰਿਸ਼ਤੇਦਾਰੀ 'ਚ ਨਹੀਂ ਜਾ ਸਕਦਾ, ਕਿਉਂਕਿ ਹਮੇਸ਼ਾ ਹੀ ਉਹਦੇ ਸਿਰ 'ਤੇ ਤਲਵਾਰ ਲਟਕਦੀ ਹੁੰਦੀ ਹੈ ਵੀ ਜੇ ਕਿਸੇ ਨੇ ਕੋਈ ਐਪਲੀਕੇਸ਼ਨ ਦੇਤੀ ਮੇਰੀ ਦੁਬਾਰੇ ਛੁੱਟੀ ਨਹੀਂ ਹੋਣੀ, ਮੇਰੀ ਦੁਬਾਰੇ ਰਿਹਾਈ ਨਹੀਂ ਹੋਣੀ। ਜੇ ਕਿਤੇ ਉਹਨੇ ਜ਼ਿਲ੍ਹਾ ਛੱਡ ਕੇ ਜਾਣਾ ਵੀ ਹੈ, ਕਿਤੇ ਉਹਨੂੰ ਬਾਈ ਚਾਂਸ ਮਜਬੂਰੀ 'ਚ ਜਾਣਾ ਵੀ ਪੈ ਗਿਆ ਤਾਂ ਆਪਦੇ ਉਹਨੂੰ SHO ਨੂੰ ਤਲਾਹ ਕਰਨੀ ਪੈਂਦੀ ਆ, ਜਾਣੀ ਕਿ ਪਰੋਲ 'ਤੇ ਗਿਆ ਹੋਇਆ ਵੀ ਕੈਦੀ ਕੈਦੀ ਹੋਈ ਹੁੰਦਾ ਵਾ। ਦੂਸਰੀ ਗੱਲ ਇਹ ਹੈ ਬਈ ਤੁਸੀਂ ਦੇਖੋ ਵੀ 2-2 ਸਾਲ ਛੁੱਟੀਆਂ ਕੱਟਦਿਆਂ ਨੂੰ ਹੋ ਗਏ, ਉਹਦੇ ਬਾਵਜੂਦ ਜਦੋਂ ਵੀ ਮਰਜ਼ੀ ਜਿਹੜੇ ਅਫਸਰ ਦੀ ਜਦੋਂ ਵੀ ਦਿਲ ਕਰਿਆ ਉਹ ਉਹਦੀ ਛੁੱਟੀ ਕੈਂਸਲ ਕਰ ਸਕਦਾ, ਉਹਨੂੰ ਦੁਬਾਰੇ ਫਿਰ ਸਾਰੀ ਇਨਕੁਆਇਰੀ ਕਰਾਉਣੀ ਪਊਗੀ A ਤੋਂ ਲੈ ਕੇ Z ਤੱਕ। ਹੁਣ ਜਿਹੜੀ ਫਰਲੋ ਆ, ਪੰਜਾਬ ਗੌਰਮੈਂਟ ਨੇ ਇੱਕ ਫਰਲੋ ਪਾਈ ਆ 15 ਦਿਨ ਦੀ 21 ਦਿਨ ਦੀ, ਉਹ ਜਦੋਂ ਕੋਈ ਕੈਦੀ ਪੂਰੀ ਵਧੀਆ ਛੁੱਟੀ ਕੱਟਦਾ, ਕੋਈ ਕ੍ਰਾਈਮ ਨਹੀਂ ਕਰਦਾ, ਕੋਈ ਉਹ 'ਤੇ ਪਰਚਾ ਨਹੀਂ ਹੁੰਦਾ, ਉਹਨੂੰ ਫਰਲੋ ਫਿਰ ਮਿਲਦੀ ਆ। ਅਸੀਂ 2-2 ਸਾਲ ਸਾਨੂੰ ਫਰਲੋ ਕੱਟਦਿਆਂ ਨੂੰ ਵੀ ਹੋ ਗਏ, ਹਜੇ ਤੱਕ ਸਾਡੇ ਜਿਹੜੇ ਆ ਸਾਡੀ ਰਿਹਾਈ ਨਹੀਂ ਬਣੀ। ਆ ਪਿਛਲੇ 2 ਸਾਲ ਤੋਂ ਕਿਸੇ ਵੀ ਕੈਦੀ ਦੀ ਰਿਹਾਈ ਨਹੀਂ ਹੋਈ, ਸਾਡੇ ਮਾਂ ਬਾਪ ਤਾਂ ਚਲੇ ਗਏ ਕੈਦ ਕੱਟਦੇ ਕੱਟਦੇ, ਕੀ ਹੁਣ ਚਾਹੁੰਦੇ ਆ ਸਰਕਾਰ? ਇਹ ਚਾਹੁੰਦੀ ਆ ਵੀ ਜਿਹੜੇ ਸਾਡੇ ਬੱਚੇ ਆ ਉਹ ਵੀ ਨਾ ਅਸੀਂ ਵਿਆਹ ਸਕੀਏ, ਜਾਂ ਅਸੀਂ ਉਹਨਾਂ ਦਾ ਵੀ ਕੋਈ ਰਿਸ਼ਤੇਦਾਰੀਆਂ ਨਾਲ ਨਿਭਾ ਸਕੀਏ। ਹੁਣ ਲੀਡਰ ਸਾਡੇ ਸਿਆਸਤ ਕਰਨ ਤੁਰ ਪੈਂਦੇ ਆ, ਕੁਵੈਤ ਤੋਂ, ਸਾਊਦੀ ਅਰਬ ਤੋਂ, ਕਿਸੇ ਪਾਸਿਓਂ ਕੋਈ ਮੈਸੇਜ ਆ ਜਾਵੇ, ਕੋਈ ਵੀਡੀਓ ਵਾਇਰਲ ਹੋ ਜਾਵੇ, ਉਹਨਾਂ ਦੀ ਖਬਰ ਲੈਣ ਦਾ ਭੱਜ ਲੈਂਦੇ ਆ। ਜਿਹੜੇ ਪੰਜਾਬ ਦੇ 'ਚ ਨੌਜਵਾਨ ਬੰਦ ਬੈਠੇ ਨੇ, ਚਾਹੇ ਕਿਸੇ ਨੇ ਕੋਈ ਗਲਤੀ ਕਰੀ ਆ ਚਾਹੇ ਨਹੀਂ ਕਰੀ, ਉਹ ਬਾਅਦ ਦਾ ਮੈਟਰ ਆ, ਪਰ ਉਹਦੇ ਬਾਵਜੂਦ ਵੀ ਉਹਨਾਂ ਦੀ ਕੋਈ ਖਬਰ ਲੈਣ ਨੂੰ ਤਿਆਰ ਨਹੀਂ ਹੈ। ਇਹੋ ਜਿਹੀ ਜੇ ਕਾਨੂੰਨ ਬਣਾਇਆ, ਕਾਨੂੰਨ ਤੁਸੀਂ ਬਣਾਉਂਦੇ ਹੋ ਵੀ ਅਸੀਂ ਆਪਦਾ ਸਿਸਟਮ ਕੰਟਰੋਲ 'ਚ ਰੱਖਣਾ, ਜੇ ਕਾਨੂੰਨ ਦੇ ਮੁਤਾਬਕ ਤੁਸੀਂ ਸਾਨੂੰ ਫੜਦੇ ਹੋ, ਤੁਸੀਂ ਸਾਨੂੰ ਸਜ਼ਾ ਦਿੰਦੇ ਹੋ, ਤਾਂ ਉਸ ਕਾਨੂੰਨ ਦੇ ਮੁਤਾਬਕ ਸਾਨੂੰ ਛੱਡ ਵੀ ਦਿਓ। ਜੇ ਤਾਂ ਅਸੀਂ ਕੋਈ ਛੁੱਟੀ 'ਚ ਖਰਾਬੀ ਕੀਤੀ ਆ ਜਾਂ ਸਾਡਾ 12-14 ਸਾਲਾਂ 'ਚ ਕੋਈ ਪਰਚਾ ਵਾ, ਫਿਰ ਤੁਸੀਂ ਸਾਨੂੰ ਸਾਡੀ ਰਿਹਾਈ ਨਾ ਕਰੋ। ਅਸੀਂ ਜੇਲ੍ਹਾਂ 'ਚ ਟੂਰਨਾਮੈਂਟ ਕਰਾਉਂਦੇ ਮਰ ਗਏ, ਨੌਜਵਾਨਾਂ ਨੂੰ ਗੇਮਾਂ ਕਰਾਉਂਦੇ ਮਰ ਗਏ, ਤੁਹਾਨੂੰ ਮੈਂ ਫੋਟੋਆਂ ਦੇ ਦਿੰਦਾ ਜਿਹੜੀਆਂ ਮਤਲਬ ਸਾਡੀਆਂ ਜੇਲ੍ਹਾਂ ਦੇ ਵਿੱਚ ਅਸੀਂ ਸੁਪਰੀਮ ਕੋਰਟ ਦੇ ਜੱਜਾਂ ਨੇ ਸਾਨੂੰ ਮਤਲਬ ਸ਼ਾਬਾਸ਼ ਦੇ ਕੇ ਆਏ ਹੋਏ ਨੇ ਜੇਲ੍ਹਾਂ ਦੇ ਵਿੱਚ ਜਾ ਕੇ, ਜਿਹੜੇ ਅਸੀਂ ਉੱਥੇ ਟੂਰਨਾਮੈਂਟ ਕਰਾਏ ਜੇਲ੍ਹਾਂ 'ਚ, ਅਤੇ ਉਹਦੇ ਬਾਵਜੂਦ ਵੀ ਅਸੀਂ ਹਜੇ ਅੰਦਰ ਬੈਠੇ ਹਾਂ, ਸਾਡੀ ਰਿਹਾਈ ਕਿਉਂ ਨਹੀਂ ਹੋ ਰਹੀ? ਸਾਤੋਂ ਇਹੋ ਜਿਹੀ ਕਿਹੜੀ ਗਲਤੀ ਹੋਈ ਆ ਵੀ ਸਾਡੇ ਵੱਲ ਸਰਕਾਰ ਦਾ ਕਿਉਂ ਨਹੀਂ ਧਿਆਨ ਆ ਰਿਹਾ, ਜਾਂ ABCD ਕਿਸੇ ਪਾਰਟੀ ਦਾ ਸਾਡੇ ਵੱਲ ਕਿਉਂ ਨਹੀਂ ਧਿਆਨ ਆ ਰਿਹਾ? ਹੁਣ ਨਕਸ਼ਾ ਵਾ, ਇੱਕ ਨਕਸ਼ੇ ਦੀ ਪ੍ਰੋਵੀਜ਼ਨ ਆ,
ਵੀ ਉਹ ਜਦੋਂ ਬੰਦਾ ਆਪਦੀ ਠੋਸ ਅਤੇ ਪਰੋਲ ਸਾਰੀ ਪੂਰੀ ਕੱਟ ਲੈਂਦਾ, ਸਾਰੀ ਰਿਹਾਈ ਦਾ ਸਮਾਂ, ਉਹ ਨਕਸ਼ੇ ਦਾ ਪਾਸ ਹੋਣ ਦਾ ਕੋਈ ਟਾਈਮ ਹੀ ਹੈ ਨਹੀਂ। ਉਹ ਇਹ ਨਹੀਂ ਪਤਾ ਇੱਕ ਮਹੀਨਾ ਨਾ ਪਾਸ ਹੋਵੇ, ਉਹ ਇਹ ਨਹੀਂ ਪਤਾ ਇੱਕ ਸਾਲ ਨਾ ਪਾਸ ਹੋਵੇ, ਉਹ ਪਤਾ ਹੀ ਨਹੀਂ ਉਹ ਕਦੋਂ ਪਾਸ ਹੋਣਾ। ਫਿਰ ਉਹ ਜਦੋਂ ਮਰਜ਼ੀ ਜਦੋਂ ਕਿਸੇ ਵੀ ਅਫਸਰ ਦਾ ਦਿਲ ਕਰਦਾ, ਉਹ ਇੱਕ ਐਪਲੀਕੇਸ਼ਨ ਲਿਖਾ ਕੇ ਤੁਹਾਡੇ ਵਰਖਿਲਾਫ਼ ਤੁਹਾਡੀ ਉਸੇ ਵੇਲੇ ਸਾਰਾ ਕੁਛ ਤੁਹਾਡਾ 5 ਸਾਲ ਦੁਬਾਰੇ ਤੁਹਾਡੇ ਵਿੱਚ ਐਡ ਹੋ ਜਾਣੇ ਆ। ਮਤਲਬ ਸਾਡੇ ਵਾਸਤੇ ਕਾਨੂੰਨ ਬਣਿਆ ਜ਼ਰੂਰ ਆ, ਪਰ ਕਸਣ ਵਾਸਤੇ ਬਣਿਆ, ਰਿਲੀਫ ਦੇਣ ਵਾਸਤੇ ਕੋਈ ਕਾਨੂੰਨ ਹੀ ਹੈ ਨਹੀਂਗਾ। ਅਸੀਂ ਤੁਹਾਨੂੰ ਸਾਰੇ ਭਰਾਵਾਂ ਦੇ ਜ਼ਰੀਏ ਬੇਨਤੀ ਕਰਨੀ ਚਾਹੁੰਦੇ ਹਾਂ, ਅਸੀਂ ਰਾਜਾ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਵੀ ਸਾਡੇ, ਚਲੋ ਪਿੰਡਾਂ 'ਚ ਅਸੀਂ ਰਾਜੇ ਹੀ ਕਹਿ ਦਿੰਦੇ ਹਾਂ, ਵੀ ਰਾਜੇ ਅੱਗੇ ਸੂਟਾਂ ਦਿੰਦੇ ਹੁੰਦੇ ਸੀ, ਮਾਫੀਆਂ ਦਿੰਦੇ ਹੁੰਦੇ ਸੀ। ਜਦੋਂ ਰਾਜਾ ਸਾਹਿਬ ਪਹਿਲੀ ਵਾਰੀ ਆਏ ਨੇ, ਉਦੋਂ ਇਹਨਾਂ ਦੀਆਂ ਉਹ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਾਡੇ ਮਤਲਬ ਜਿੰਨੇ ਵੀ ਕੈਦੀ ਸੀ ਉਹਨਾਂ ਨੇ ਵੱਧ ਚੜ੍ਹ ਕੇ ਇਸ ਵਾਰ ਯੋਗਦਾਨ ਪਾਇਆ ਸੀ, ਵੀ ਵੱਧ ਤੋਂ ਵੱਧ ਸਾਡੇ ਪਰਿਵਾਰਾਂ ਨੂੰ ਕਹਿ ਕੇ ਕਹਾ ਕੇ ਅਸੀਂ ਆਪਦੇ ਯਾਰਾਂ ਮਿੱਤਰਾਂ ਨੂੰ, ਅਸੀਂ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਸਾਡੇ ਕੈਦੀ ਭਰਾਵਾਂ ਦਾ, ਸਾਡੇ ਹਵਾਲਾਤੀ ਭਰਾਵਾਂ ਦਾ, ਪਰ ਇਸ ਵਾਰੀ ਸਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸਾਨੂੰ ਕੋਈ ਬੰਦਾ ਹੀ ਸਾਡਾ ਪਿਛਲੇ 2 ਸਾਲ 'ਚ ਅੱਜ ਤੱਕ ਕੋਈ ਰਿਹਾ ਹੋਇਆ, ਇੱਕ ਵੀ ਬੰਦਾ ਸਾਡਾ ਕੋਈ। ਹੁਣ ਛੁੱਟੀ ਆ ਕਰੋਨਾ ਕਾਲ ਦੇ ਵਿੱਚ, ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਮੇਰੇ 'ਤੇ ਲੈ ਲਓ, ਮੈਂ ਫਰਵਰੀ ਦੇ ਪਹਿਲੇ ਹਫ਼ਤੇ ਛੁੱਟੀ ਆਇਆ ਸੀ, 1.5 ਮਹੀਨੇ ਬਾਅਦ ਜਦੋਂ ਮੈਂ ਵਾਪਸ ਜਾਣਾ ਸੀ ਜੇਲ੍ਹ ਦੇ ਵਿੱਚ, ਆਇਆ ਵੀ ਤੁਸੀਂ 1.5 ਮਹੀਨਾ ਹੋਰ ਐਕਸਟੈਂਡ ਕਰ ਲਓ। ਉਹ 2-4 ਵਾਰੀ ਫੋਨ ਕੀਤੇ, ਮੁੜ ਕੇ ਉਹਨਾਂ ਨੇ ਸਾਨੂੰ ਮਨਾ ਕਰਤਾ ਵੀ ਸਾਨੂੰ ਫੋਨ ਵੀ ਨਾ ਕਰੋ, ਜਦੋਂ ਤੁਹਾਨੂੰ ਬੁਲਾਉਣਾ ਹੋਊ ਅਸੀਂ ਆਪ ਤੁਹਾਨੂੰ ਤਲਾਹ ਕਰਾਂਗੇ, ਵੀ ਤੁਹਾਨੂੰ ਅਸੀਂ ਆਪ ਫੋਨ ਕਰਾਂਗੇ। ਚਲੋ ਬਿਜੀ ਸੀ ਸਰਕਾਰ, ਅਫਸਰ ਬਿਜੀ ਸੀ, ਗਲਤੀਆਂ ਹੋ ਜਾਂਦੀਆਂ ਨੇ, ਤਰੀਕਾਂ ਦੇ ਵਿੱਚ ਫਰਕ ਪੈ ਜਾਂਦਾ। ਮੇਰੇ ਵਕੀਲ ਸਾਹਿਬ ਨੇ ਮੇਰੀ ਬੇਲ ਲਾ ਦਿੱਤੀ, ਸਰਕਾਰ ਵੱਲੋਂ ਜਿਹੜਾ ਵਕੀਲ ਜਾਂਦਾ ਵਾ ਉਹ ਉੱਥੇ ਪੇਸ਼ ਹੋਇਆ, ਉਹ ਕਹਿੰਦੇ ਜੀ ਇਹ ਤਾਂ ਹਜੇ 1.5 ਮਹੀਨੇ ਦੀ ਹੋਰ ਪਰੋਲ 'ਤੇ ਆ। ਜੱਜ ਸਾਹਿਬ ਨੇ ਉਹ 1.5 ਮਹੀਨੇ ਦੀ ਗਾਹਾਂ ਤਰੀਕ ਪਾ ਦਿੱਤੀ। ਹੁਣ ਸਰਕਾਰ ਦੇ ਵਕੀਲ ਨੇ ਕਿਹਾ, ਮੇਰੇ ਵਕੀਲ ਨੇ ਤਾਂ ਜ਼ਮਾਨਤ ਮੰਗੀ ਸੀ, ਉਹਨੇ ਤਾਂ ਛੁੱਟੀ ਨਹੀਂ ਸੀ ਮੰਗੀ, ਸਰਕਾਰ ਨੇ ਉਹ 1.5 ਮਹੀਨੇ ਦੇ ਵਿੱਚ ਮੈਨੂੰ ਜੇਲ੍ਹ ਮਤਲਬ ਅਫਸਰਾਂ ਨੇ ਮੈਨੂੰ ਭਗੌੜਾ ਕਰਾ ਦਿੱਤਾ। ਸਰ ਮਾਨਯੋਗ ਹਾਈ ਕੋਰਟ ਦੇ ਵਿੱਚੋਂ ਮੈਂ 1.5 ਮਹੀਨੇ ਦੀ ਪਰੋਲ 'ਤੇ ਹਾਂ, ਅਤੇ ਜੇਲ੍ਹ ਅਧਿਕਾਰੀਆਂ ਨੇ ਮੈਨੂੰ ਭਗੌੜਾ ਕਰਾ ਦਿੱਤਾ। ਹੁਣ ਮੇਰੀ ਈਵਨ ਕਿ ਜ਼ਮਾਨਤ ਕੈਂਸਲ ਕਰਤੀ, ਮੇਰੇ ਜ਼ਮਾਨਤੀਆਂ ਨੂੰ ਫੋਨ ਚਲੇ ਗਏ, ਤੁਹਾਡੀਆਂ ਜ਼ਮਾਨਤਾਂ ਅਸੀਂ ਕੈਂਸਲ ਕਰਤੀਆਂ। ਤੁਸੀਂ ਮੈਨੂੰ ਇਹ ਦੱਸੋ ਵੀ ਹੁਣ ਇਹ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਤੋਂ ਵੀ ਉੱਪਰ ਹੋ ਗਏ। ਜਦੋਂ ਕੋਰਟਾਂ ਬੰਦ ਨੇ, ਐਪਲੀਕੇਸ਼ਨ ਉੱਥੇ ਕੋਈ ਲੱਗ ਨਹੀਂ ਰਹੀ, ਵਕੀਲ ਕੋਈ ਉੱਥੇ ਪੇਸ਼ ਨਹੀਂ ਹੋ ਰਿਹਾ, ਮੈਨੂੰ ਦੱਸੋ ਵੀ ਮੈਂ ਕਿਹਦੇ ਹੁਕਮ ਦੇ ਆਧਾਰ 'ਤੇ ਚਲੇ ਜਾਵਾਂ ਅੰਦਰ। ਮੈਂ ਜੇ ਜਾਊਂਗਾ ਤਾਂ ਮੇਰਾ ਵਾਲੀ ਵਾਰਸ ਕੌਣ ਆ? ਇਵੇਂ ਜਿਵੇਂ ਮਤਲਬ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਨੇ, ਬਹੁਤ ਜ਼ਿਆਦਾ ਖਰਾਬ ਨੇ। ਕੈਦੀਆਂ ਦੇ ਮਾਂ ਬਾਪ ਚਲੇ ਗਏ, ਉਹਨਾਂ ਦੀਆਂ ਭੈਣਾਂ, ਉਹਨਾਂ ਦੀਆਂ ਮਾਵਾਂ ਉਹ ਤਰਸਦੀਆਂ ਨੇ, ਅੱਖਾਂ ਨਿਗਾਹ ਚਲੀ ਗਈ, ਦਮੇ ਦਾ ਮਰੀਜ਼ ਹਾਂ ਮੈਂ, ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ। ਲੁਧਿਆਣੇ ਜਿਹੜੀ ਜੇਲ੍ਹ ਦੇ ਵਿੱਚ ਜਾ ਕੇ ਤੁਸੀਂ ਦੇਖੋ, ਉੱਥੇ ਇੰਨਾ ਰਵੜਦੀਆਂ ਆ, ਧੂੰਆਂ ਦੀਆਂ ਔਰ ਡਿੱਗਦੀ ਆ ਡਸਟ, ਸਾਹ ਦੀ ਪ੍ਰੋਬਲਮ ਮੈਨੂੰ। ਹੁਣ ਮੇਰੇ ਦੇਖੋ ਮੇਰੇ ਬੁੱਲ ਸੁੱਕਦੇ ਆ, ਉਹਦਾ ਕਾਰਨ ਇਹੀ ਆ, ਮੈਨੂੰ ਅੱਧੇ ਅੱਧੇ ਘੰਟੇ ਬਾਅਦ ਪਾਣੀ ਚਾਹੀਦਾ। ਅਤੇ ਮੇਰੀ ਹੱਥ ਬੰਨ ਕੇ ਬੇਨਤੀ ਆ ਤੁਹਾਨੂੰ ਭਰਾਵਾਂ ਨੂੰ, ਕੀ ਸਾਨੂੰ ਤੁਸੀਂ ਇਹ ਦੱਸੋ ਵੀ ਚੌਥਾ ਸਤੰਭ ਮੰਨੇ ਗਏ ਹੋ ਤੁਸੀਂ ਪੱਤਰਕਾਰ, ਵੀ ਸਾਨੂੰ ਬੋਲਣ ਦਾ ਹੱਕ ਹੈ ਨਹੀਂ, ਅਸੀਂ ਬੋਲ ਨਹੀਂ ਸਕਦੇ, ਅਸੀਂ ਕੋਈ ਗੱਲ ਕਹਿ ਨਹੀਂ ਸਕਦੇ, ਜਦ ਅਸੀਂ ਕੋਈ ਗੱਲ ਕਹਿੰਦੇ ਹਾਂ ਇਹ ਸਾਡੇ 'ਤੇ ਕਾਨੂੰਨ ਦਾ ਡੰਡਾ ਚਲਾ ਦਿੰਦੇ, ਇਹ ਕਾਨੂੰਨ ਨੂੰ ਜਿਹੜਾ ਕਾਨੂੰਨ ਬਣਿਆ ਸੀ ਸਾਡੇ ਸਿਸਟਮ ਨੂੰ, ਸਾਡੇ ਸਮਾਜ ਨੂੰ ਸੇਧ ਦੇਣ ਵਾਸਤੇ, ਭਲਾਈ ਦੇਣ ਵਾਸਤੇ ਬਣਿਆ ਸੀ, ਪਰ ਸਾਨੂੰ ਐਂ ਲੱਗਦਾ ਵੀ ਜਿਹੜਾ ਇਹ ਕਾਨੂੰਨ ਆ ਇਹਨਾਂ ਨੇ ਆਪਦੀ ਕਟਪੁਤਲੀ ਬਣਾ ਲਿਆ। ਇਹ ਕਾਨੂੰਨ ਨੂੰ ਤੋੜ ਮਰੋੜ ਕੇ ਜਿਹੜੇ ਕਿਸੇ ਬੰਦੇ ਦੇ ਗਲ 'ਚ ਰੱਸਾ ਪਾਉਣਾ ਹੁੰਦਾ, ਉਹਨੂੰ ਇਹ ਕਾਨੂੰਨ ਦੇ ਨਾਲ ਕਾਬੂ ਕਰਕੇ ਉਹਨੂੰ ਆਪਦੇ ਮੁਤਾਬਕ ਚਲਾਉਂਦੇ ਆ। ਤੁਹਾਨੂੰ ਪਰਮਾਤਮਾ ਨੇ ਕਲਮ ਦਿੱਤੀ ਆ, ਤੁਹਾਨੂੰ ਅਧਿਕਾਰ ਦਿੱਤੇ ਨੇ, ਆਮ ਜਨਤਾ ਦੀ ਆਵਾਜ਼ ਸੁਣੋ, ਆਮ ਲੋਕਾਂ ਵੱਲ ਧਿਆਨ ਦੇਵੋ, ਇਹਨਾਂ ਦੇ ਮਗਰ ਲਾ ਕੇ ਮੇਰਾ ਵੀਰ ਬਣ ਕੇ ਆਮ ਜਨਤਾ ਦਾ ਜੇ ਤੁਸੀਂ ਧਿਆਨ ਨਾ ਕਰਿਆ ਤਾਂ ਫਿਰ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ।
ਪਹੁੰਚੀ ਹੈ ਜੀ। ਉਹ ਕਹਿੰਦੇ ਅਸੀਂ ਮੰਨਦੇ ਨਹੀਂ ਜੀ, ਉਹ ਕਹਿੰਦੇ ਜੀ ਸਾਨੂੰ ਕੋਰਟ ਭੇਜੇ। ਕੋਰਟ ਇਹ ਕਹਿ ਰਹੀ ਹੈ ਕਰੋਨਾ ਕਾਲ ਦੇ ਵਿੱਚ ਅਸੀਂ ਕੋਈ ਇੱਦਾਂ ਦਾ ਉਹ ਹੈ ਨਹੀਂ ਗਾ ਉਹਨਾਂ ਦਾ। ਤੁਹਾਨੂੰ ਮੇਰੇ ਕੋਲ ਮੋਬਾਈਲ ਦੇ ਵਿੱਚ ਕਾਪੀਆਂ ਪਈਆਂ ਨੇ ਹਾਈ ਕੋਰਟ ਦੀਆਂ। ਹਾਂਜੀ ਵਕੀਲ ਸਾਹਿਬ ਨੇ ਸਾਨੂੰ 60 ਪੇਜ ਕਾਪੀਆਂ ਲਿਖਤੀਆਂ ਜੀ। ਉਹ 60 ਪੇਜ ਕਾਪੀ ਜਦੋਂ ਤੁਸੀਂ ਆਪ ਦੇਣਗੇ ਅਸੀਂ ਕਹਿੰਦੇ ਸੋਤੋਂ ਲੈਣੀ ਨਹੀਂ। ਮੈਂ ਆਪਦੇ ਲੋਕਲ SHO ਨੂੰ ਦੇਤੀ, ਉਹ ਉਹਨਾਂ ਨੇ ਇੱਕ ਥਾਣੇਦਾਰ ਭੇਜਤਾ ਉੱਥੇ, ਉਹ ਜਾ ਕੇ ਉੱਥੇ 60 ਪੇਜ ਕਾਪੀ ਦੇ ਆਇਆ। ਬਰਨਾਲਾ ਜੇਲ੍ਹ ਨੇ ਤਾਂ ਮੰਨ ਲਿਆ ਵੀ ਜਦੋਂ ਕੋਰਟ ਦਾ ਸੁਨੇਹਾ ਆਊਗਾ ਕੋਈ ਗੱਲ ਨਹੀਂ ਸਾਡੇ ਕੋਲ ਉਦੋਂ ਆ ਜਾਣਗੇ, ਪਰ ਲੁਧਿਆਣਾ ਜੇਲ੍ਹ ਮੰਨਦੀ ਨਹੀਂ ਪਈ। ਪੁਲਿਸ ਦੇ ਨੇ PO ਨਹੀਂ ਹੋਇਆ, ਮਤਲਬ ਉਹਨਾਂ ਨੇ ਕਹਿਤਾ ਵੀ ਤੁਹਾਡੀ ਜ਼ਮਾਨਤ ਕੈਂਸਲ ਆ ਵੀ ਤੁਸੀਂ ਸਿਲੰਡਰ ਕਰੋ। PO ਨਹੀਂ ਹੋਇਆ, ਮਤਲਬ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ। ਦੇਖੋ ਜਦੋਂ 14 ਸਾਲ ਪਹਿਲਾਂ ਕੱਟ ਲਏ, ਮੈਂ ਕਰਿਆ ਜੁਰਮ ਜਾਂ ਨਹੀਂ ਕਰਿਆ, ਮੈਂ ਜ਼ੁਲਮ ਕਰਿਆ ਨਹੀਂ ਕਰਿਆ ਉਹ ਬਾਅਦ ਦੀ ਗੱਲ ਆ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਤੁਸੀਂ ਇਹ ਦੱਸੋ ਵੀ ਇਹਨਾਂ ਨੂੰ ਕਿੰਨੀ ਕਾਹਲੀ ਆ ਮੇਰਾ ਕੇਸ ਖਰਾਬ ਕਰਨ ਦੀ ਖਾਤਰ, ਮਤਲਬ ਕਿੰਨੇ ਅਤਾਬ ਲਏ ਕਿ ਹਜੇ ਤੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਡੇਟਾਂ ਐਕਸਟੈਂਡ ਹੋ ਗਈਆਂ, ਅੱਗੇ ਪੈ ਰਹੀਆਂ ਨੇ, ਇਹਨਾਂ ਨੂੰ ਕਿੰਨੀ ਕਾਹਲੀ ਆ, ਇਹੋ ਜਿਹੀ ਕੀ ਪ੍ਰੋਬਲਮ ਹੈ ਇਹਨਾਂ ਨੂੰ? ਰਿਹਾ ਹੁੰਦੇ ਅਸੀਂ ਕਿਉਂ ਬੁਰੇ ਲੱਗਦੇ ਹਾਂ? ਦੇਖੋ ਜੀ ਜਿਹੜਾ ਸਾਡਾ ਸਿਸਟਮ ਬਣ ਚੁੱਕਿਆ ਪੰਜਾਬ ਦਾ, ਉਹਦੀ ਬਦਕਿਸਮਤੀ ਇਹ ਹੈ ਜਿਹੜੇ ਤਾਂ ਮੁੰਡੇ ਹੁਣ ਦੇਖੋ, ਹੁਣ ਅੱਜ ਮੇਰੀ 48-49 ਸਾਲ ਦੀ ਉਮਰ ਹੋ ਗਈ, ਜਿਹੜੇ ਹੁਣ ਮੁੰਡੇ ਨਵੇਂ ਹੁੰਦੇ ਨੇ ਜਿਵੇਂ ਮੇਰੇ ਨਾਲ ਹੱਡ ਬੀਤੀ ਆ, ਉਹਨਾਂ ਨੂੰ ਮੈਂ ਸਮਝਾਉਂਦਾ ਜਾਂ ਅਸੀਂ ਕੌਂਸਲਿੰਗ ਕੀਤੀ ਆ, ਬੜੇ ਅਸੀਂ ਨੌਜਵਾਨ ਲੜਨ ਤੋਂ ਮਰਨ ਤੋਂ ਬਚਾਏ ਨੇ। ਜਦੋਂ ਇਹ ਕਿਸੇ ਦੇ ਗੈਂਗਸਟਰ ਲਾਉਂਦੇ, ਜਿਹੜਾ ਨਵੀਂ ਉਮਰ ਦਾ ਮੁੰਡਾ ਹੁੰਦਾ ਉਹਨੂੰ ਮਤਲਬ ਇਹ ਫੀਲ ਕਰਾਉਂਦੇ ਆ, ਆਪ ਉਹਨੂੰ ਫੀਲ ਕਰਾਉਂਦੇ ਆ ਇਹ ਵੀ ਤੂੰ ਤਾਂ ਗੈਂਗਸਟਰ ਆ, ਤੇਰੇ ਉਹਨੂੰ ਬੜੀ ਤੇਰੀ ਚੜ੍ਹਾਈ ਆ। ਉਹ ਸਾਰਾ ਸਿਸਟਮ ਜਾਂ ਦਾਣਾ ਵਾਣਾ ਵਿੱਚ ਹੀ ਬੁਣਿਆ ਹੋਇਆ। ਜੇ ਉਹਨੂੰ ਕਿਤੇ ਦੱਸਿਆ ਜਾਵੇ, ਸ਼ੁਰੂ ਦੇ ਵਿੱਚ ਹੀ ਦੱਸਿਆ ਜਾਵੇ ਵੀ ਤੇਰੇ ਗੈਂਗਸਟਰ ਲੱਗਣਾ ਤੇਰੇ ਵਾਸਤੇ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ, ਇਹ ਤੇਰਾ ਲੌਸ ਆ, ਤੇਰਾ ਨੁਕਸਾਨ ਆ, ਇਹ ਤੂੰ ਬਰਬਾਦ ਹੋਵੇਂਗਾ। ਸਮਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ, ਸਭ ਨੂੰ ਆਪਦੀ ਕੁਰਸੀ ਦੀ ਫਿਕਰ ਆ, ਖਾਨਾ ਪੂਰਤੀ ਕਰਕੇ ਬਸ ਉਹਨਾਂ ਨੂੰ ਐਂ ਹੁੰਦਾ ਵੀ ਕੋਈ ਮਰੇ ਕੋਈ ਜੀਵੇ। ਬਸ ਮੈਨੂੰ ਤਾਂ ਹੁਕਮ ਆਇਆ ਜੀ ਪਰਚਾ ਕੱਟਣਾ, ਮਤਲਬ ਕੱਟਣਾ ਕੀ ਗੱਲ, ਕਾਨੂੰਨ ਕਹਿੰਦਾ ਇੱਕਣ ਵੀ ਤੁਸੀਂ ਪਰਚਾ ਦੇ ਦਿਓ ਬਿਨਾਂ ਛਾਣਬੀਨ ਤੋਂ, ਬਿਨਾਂ ਇਨਕੁਆਇਰੀ ਤੋਂ, ਕਿਹੜੀ ਕਾਨੂੰਨ 'ਚ ਕਿਹੜੀ ਦੱਸੋ ਧਾਰਾ ਕਿੱਥੇ ਲਿਖੀ ਹੋਈ ਆ ਵੀ ਤੁਸੀਂ ਪਰਚਾ ਦੇ ਦਿਓ ਬੰਦੇ 'ਤੇ ਬਗੈਰ ਪੁੱਛ ਦੱਸ ਤੋਂ, ਬਗੈਰ ਇਨਕੁਆਇਰੀ ਕਰੀ ਤੋਂ। ਜਦ ਦਿਲ ਕਰਿਆ ਪਰਚਾ ਦੇ ਦਿਓ, ਜਦ ਦਿਲ ਕਰਿਆ ਅੰਦਰ ਛੱਡ ਦਿਓ, ਜਦ ਜੀ ਕਰਿਆ ਥਾਣੇ। 9-10 ਸਾਲ ਬਾਅਦ ਜਵੱਦੀ ਕੋਈ ਬਜ਼ੁਰਗ ਮਾਤਾ ਦੀ ਡੈਥ ਹੋਈ, 10 ਸਾਲ ਬਾਅਦ ਲਿਆ ਕੇ ਦੁਬਾਰੇ ਮੈਂ 302 ਦਾ ਪਰਚਾ ਦਿੱਤਾ। ਇੱਕ ਬੰਦੇ ਨੂੰ 10 ਸਾਲ ਕੈਦ ਕੱਟਦੇ ਨੂੰ ਹੋ ਗਏ, ਉਹ ਜੇਲ੍ਹ ਦੇ ਵਿੱਚ ਸੇਫ ਨਹੀਂ ਹੈਗਾ, ਫਿਰ ਲਵਾ ਕੇ ਫਿਰ ਉਦੋਂ ਬਾਅਦ ਮੈਂ ਜੱਜ ਸਾਹਿਬ ਨੂੰ ਬੇਨਤੀ ਕੀਤੀ, ਮੈਂ ਕਿਹਾ ਜਨਾਬ ਮੈਨੂੰ 10 ਸਾਲ ਹੋ ਗਏ। ਹੁਣ ਇੱਕ ਸੈਸ਼ਨ ਕੋਰਟ ਦੇ ਜੱਜ ਮਾਨਯੋਗ ਜਿਨ੍ਹਾਂ ਦੇ ਮੂਹਰੇ ਅਸੀਂ ਹੱਥ ਜੋੜ ਕੇ ਖੜ੍ਹੇ ਹੁੰਦੇ ਹਾਂ, ਉਹ ਮੈਨੂੰ ਕਹਿ ਰਿਹਾ ਸੋਰੀ ਮੇਰੇ 'ਤੇ ਪ੍ਰੈਸ਼ਰ ਆ, ਲੋੜਾ ਮਾਰਿਆ, ਅਸੀਂ ਕਿਹਦੇ ਕੋਲ ਜਾਈਏ, ਅਸੀਂ ਜਾਈਏ ਕਿਹਦੇ ਕੋਲ? ਇੱਕ ਜੱਜ ਸੈਸ਼ਨ ਕੋਰਟ ਦੇ ਜੱਜ ਸਾਹਿਬ ਜਿਨ੍ਹਾਂ ਮੂਹਰੇ ਅਸੀਂ ਹੱਥ ਜੋੜ ਕੇ ਖੜ੍ਹਦੇ ਹਾਂ, ਅਸੀਂ ਉਮੀਦ ਹੁੰਦੀ ਆ ਤਾਂ ਹੀ ਖੜ੍ਹਦੇ ਨਾ, ਉਹਨਾਂ ਕੋਲ ਕੋਈ ਡੰਡਾ ਤਾਂ ਨਹੀਂ ਚੱਕਿਆ ਹੁੰਦਾ, ਜਾਂ ਕੋਈ ਉਹਨਾਂ ਨੇ ਸਾਨੂੰ ਡਰਾਉਂਦੇ ਤਾਂ ਨਹੀਂ ਉਹ, ਸਾਨੂੰ ਐਂ ਹੁੰਦਾ ਸਾਨੂੰ ਇੱਥੋਂ ਇਨਸਾਫ ਮਿਲੂਗਾ, ਅਸੀਂ ਹੱਥ ਜੋੜ ਕੇ ਖੜ੍ਹੇ ਹੁੰਦੇ ਹਾਂ ਉਹਨਾਂ ਨੂੰ। ਉਹ ਕਹਿ ਰਿਹਾ ਸੋਰੀ ਸਰ ਤੁਹਾਨੂੰ ਜਾਣਾ ਹੀ ਪਊਗਾ, ਕੋਈ ਨਹੀਂ ਤੁਹਾਡਾ ਅਸੀਂ ਕੁਐਸ਼ਨ ਕਰ ਦਿਆਂਗੇ, ਤੁਸੀਂ ਜਾ ਆਓ ਇੱਕ ਵਾਰ। ਜਦੋਂ ਆਪਣੇ ਉਹ ਹੋਏ ਸੀਗੇ RSS ਦੇ ਜਿਹੜੇ ਉਹ 4-5 ਮਰਡਰ ਹੋਏ ਸੀ, ਉਹਨਾਂ ਦੀ ਇਨਕੁਆਇਰੀਆਂ ਵਾਸਤੇ ਜਿਲ੍ਹਾਂ 'ਚੋਂ ਬੰਦੇ ਲਿਆਉਂਦੇ ਜਾਂਦੇ ਸੀ, ਮੇਰੀ ਪਰੋਲ ਰੋਕੀ, ਮੈਨੂੰ ਦੁਬਾਰੇ ਇਨਕੁਆਇਰੀ ਕਰਾਉਣੀ ਪਈ, ਮੈਨੂੰ ਦੁਬਾਰੇ ਖੱਜਲ ਖਰਾਬੀ ਹੋਈ ਸਾਰੀ, ਮੇਰੇ ਘਰਦਿਆਂ ਨੂੰ ਕਿੰਨੇ ਡਿਪਰੈਸ਼ਨ 'ਚ ਗਏ, ਮੇਰੇ ਮਾਂ ਬਾਪ ਦੀ ਡੈਥ ਹੋ ਗਈ ਘਬਰਾਹਟ ਦੇ ਨਾਲ, ਵੀ ਇੰਨਾ ਚਿਰ ਤਾਂ ਪਹਿਲਾਂ ਬੈਠੇ ਨੂੰ ਹੋ ਗਿਆ ਸੀ, ਉਹਨਾਂ ਨੇ ਤਾਂ ਬਾਅਦ ਦੇ ਵਿੱਚ ਕੁਐਸ਼ਨ ਭਰਤੀ ਜੀ, ਤੁਸੀਂ ਫਾਰਗੋ, ਕਾਹਦੇ ਫਾਰਗਾ ਬਈ।
ਗੱਲ ਤਾਂ ਉਹੀ ਹੋ ਗਈ ਨਾ ਜੀ। ਤੁਸੀਂ ਦੇਖੋ ਜੈਪਾਲ 2 ਸਾਲ ਮੇਰੇ ਨਾਲ ਲੁਧਿਆਣਾ ਜੇਲ੍ਹ 'ਚ ਰਿਹਾ ਵਾ, ਇੰਨਾ ਇੰਟੈਲੀਜੈਂਟ ਮੁੰਡਾ, ਫੁੱਟਬਾਲ ਖੇਡਦਾ ਸੀ, ਕਦੀ ਬੰਦੇ ਦੇ ਮਨ 'ਤੇ ਕਦੇ ਗੁੱਸਾ ਨਹੀਂ, ਕਦੇ ਕੋਈ ਈਰਖਾ ਨਹੀਂ। ਮੇਰਾ ਕਹਿਣ ਦਾ ਮਤਲਬ ਆ ਵੀ ਜੇ ਤੁਸੀਂ ਉਹਨੂੰ ਰੈਸਟ ਕਰਨਾ ਹੀ ਸੀ, ਜੇ ਉਹਨੇ ਕੋਈ ਗੁਨਾਹ ਕੀਤਾ, ਉਹਨੂੰ ਸਮੇਂ ਸਿਰ ਰੈਸਟ ਕਰੋ, ਸਮੇਂ ਸਿਰ ਰੈਸਟ ਕਰਕੇ ਉਹਨੂੰ ਅੰਦਰ ਕੈਦ ਕਰੋ ਤੁਸੀਂ, ਤਾਂ ਕਿ ਉਹਦਾ ਟਾਈਮ ਕੱਟੇ ਅਤੇ ਉਹਦੀ ਕੌਂਸਲਿੰਗ ਕੀਤੀ ਜਾਵੇ, ਉਹਦੇ ਮਾਂ ਬਾਪ ਨੂੰ ਦਿੱਤਾ ਜਾਵੇ। ਜਿੰਨਾ ਚਿਰ ਤਾਂ ਉਹ ਆਸੇ ਪਾਸੇ ਕੋਈ ਗਤੀਵਿਧੀਆਂ ਹੋ ਰਹੀਆਂ ਉਨਾ ਚਿਰ ਕਿਸੇ ਨੂੰ ਕੋਈ ਟੈਨਸ਼ਨ ਨਹੀਂ। ਜਦੋਂ ਪਰਸਨਲ ਸਾਡੇ ਨਾਲ ਕੋਈ ਐਕਟੀਵਿਟੀ ਹੋ ਗਈ ਤਾਂ ਫਿਰ ਅਸੀਂ 2 ਘੰਟੇ ਵੀ ਨਹੀਂ ਲਾਏ। ਇਹ ਕਾਨੂੰਨ ਹੈ, ਇਹ ਕਾਨੂੰਨ ਨੂੰ ਅਸੀਂ ਐਂ ਨਾ ਵਰਤੀਏ ਵੀ ਅਸੀਂ ਵੀ ਮੰਨ ਲਓ ਪੱਤਰਕਾਰ ਹੋ ਤੁਸੀਂ, ਵੀ ਹੁਣ ਤੁਸੀਂ ਇੱਕ ਸਾਡੇ ਵਾਸਤੇ ਤੁਸੀਂ ਸਾਡੀ ਆਵਾਜ਼ ਚੱਕਣ ਲੱਗ ਗਏ ਤਾਂ ਤੁਹਾਨੂੰ ਸੁਨੇਹਾ ਆ ਜੇ ਵੀ ਦਫ਼ਤਰ ਪਹੁੰਚੋ, ਤੁਹਾਨੂੰ ਮਜਬੂਰ ਕਰ ਦੇਣ। ਉਹ ਇਹ ਕਿਹੜਾ ਇਨਸਾਫ਼ ਹੋਇਆ? ਜੇਲ੍ਹਾਂ ਭਰੀਆਂ ਪਈਆਂ ਜੀ, ਤੁਸੀਂ ਆਰ ਟੀ ਆਈ ਪਾਓ, ਕਢਾ ਲਓ। ਪਿਛਲੇ 2 ਸਾਲ ਤੋਂ ਕੋਈ ਰਿਹਾਈ ਨਹੀਂ ਹੋਈ, ਸਜ਼ਾ ਪੂਰੀਆਂ ਕਰੀ ਬੈਠੇ ਨੇ। ਈਵਨ ਕਿ ਜਿਹੜੇ ਲੋਕਾਂ 'ਚ ਤੁਹਾਨੂੰ ਮੈਂ ਜਿਹੜੀ ਪਹਿਲਾਂ ਗੱਲ ਦੱਸੀ ਆ ਵੀ ਜਿਨ੍ਹਾਂ ਦੀ ਪਰੋਲ ਨਹੀਂ ਮਿਲਦੀ, ਜਿਨ੍ਹਾਂ ਦੇ ਮੰਨ ਲਓ ਪਿੱਛੇ ਕੋਈ ਜਵਾਨਤ ਦੇਣ ਜੋਗਾ ਨਹੀਂ ਹੈਗਾ, ਉਹਨਾਂ ਨੂੰ 20-20 ਸਾਲ ਹੋ ਗਏ। ਉਮਰ ਕੈਦ ਹੋਈ ਨੂੰ ਵੀ ਉਹਨਾਂ ਦੇ 10-10 ਸਾਲ ਉੱਪਰ ਹੋ ਗਏ, ਅੰਦਰ ਕਈ ਤਾਂ ਅੰਦਰੋਂ ਲਾਸਾਂ ਹੀ ਆ ਨੇ ਉਹਨਾਂ ਦੀਆਂ, ਉਹਨਾਂ ਦੇ ਘਰ ਦੇ ਸਿਆਣਦੇ ਨਹੀਂ ਉਹਨਾਂ ਨੂੰ। ਕਾਰਨ ਜੀ ਸਾਡਾ ਸਿਸਟਮ ਨਹੀਂ ਹੈ। ਮੰਨ ਲਓ ਜਮਾਨਤ ਚਾਹੀਦੀ ਹੈ, ਮੰਨ ਲਓ ਵੀ ਉਹਦੀ ਕੋਈ ਛੁੱਟੀ। ਹੁਣ ਮੈਂ ਇੱਥੇ ਦੇਖੋ ਪੁਆਇੰਟ ਇੱਕ ਹੋਰ ਨਿਕਲਦਾ, ਸਾਡੀਆਂ ਤਾਂ ਜਮਾਨਤਾਂ ਭਰੀਆਂ, ਸਾਨੂੰ ਅਸੀਂ ਤਾਂ ਫਰਲੋ ਵੀ ਗਏ, ਅਸੀਂ ਤਾਂ ਗੁੱਡ ਕਰੈਕਟਰ ਵਾਲੇ ਆ, ਸਾਨੂੰ ਵੀ ਨਹੀਂ ਛੱਡਿਆ। ਉਹਨਾਂ ਦੀਆਂ ਵਿਚਾਰਿਆਂ ਦੀਆਂ ਛੁੱਟੀ ਨਹੀਂ ਭਰੀ ਕਿਸੇ ਨੇ, ਉਹਨਾਂ ਦੀ ਤਾਂ ਕਿਸੇ ਨੇ ਜਮਾਨਤ ਹੀ ਨਹੀਂ ਭਰੀ, ਉਹਨਾਂ ਤਾਂ ਛੱਡਣਾ ਕੀ ਨਹੀਂ ਸੀ। ਸਜ਼ਾ ਤਾਂ ਬਾਈ ਜੀ ਪੂਰੀ ਹੋਈ ਨੂੰ 10 ਸਾਲ ਹੋ ਗਏ, ਸੈਂਕੜਿਆਂ ਦੇ ਹਿਸਾਬ ਨਾਲ ਅੰਦਰ ਜਦੋਂ ਦੇਖੋ SSP ਸਾਹਿਬ ਜਾਂਦੇ ਨੇ ਅੰਦਰ, ਆਹ ਤਰਨ ਤਰਨ ਤੁਹਾਡੇ ਬੜੇ ਪਾਠ ਕਰਦੇ ਹੁੰਦੇ ਸੀ, ਸਵੇਰੇ ਸ਼ਾਮ ਅਸੀਂ ਉਹਨਾਂ ਦੇ ਮਗਰ ਲੱਗ ਕੇ ਬੜੇ ਮੋਟੀਵੇਟ ਹੋਏ, ਬੜੀ ਅਸੀਂ ਐਕਸਰਸਾਈਜ਼ ਕਰਨ ਲੱਗੇ। ਉਹ ਲਾ ਕੇ ਆਏ ਨੇ, ਉਹਨਾਂ ਨੂੰ 7 ਸਾਲ ਹੀ ਹੋ ਗਈ ਸੀ ਸੁਪਰੀਮ ਕੋਰਟ ਤੋਂ ਰਹਿ ਗਈ ਸੀ, ਅਤੇ ਉਹਨਾਂ ਨੇ ਦੇਖਿਆ ਅੰਦਰ ਜਾ ਕੇ, ਉਹ ਵੀ ਸਾਨੂੰ ਉੱਥੋਂ ਤੱਕ ਉਹਨਾਂ ਨੇ ਰਿਲਾਈਜ਼ ਕੀਤਾ ਕਿ ਯਾਰ ਬੜਾ ਮੰਦਾ ਹਾਲ ਆ। ਅੰਦਰ ਜਾ ਕੇ ਪਤਾ ਲੱਗਦਾ ਇੰਨਾ ਸੌਖਾ ਨਹੀਂ, ਮੈਂ ਤੁਹਾਨੂੰ ਸੋਨੇ ਦਾ ਜੇਲ੍ਹ ਬਣਾ ਦਿੰਦਾ, ਸੋਨੇ ਦੀ ਤੁਹਾਨੂੰ LCD, ਖਾਣ ਪੀਣ ਨੂੰ ਨੌਨ ਵੈਜ, ਪੈਗ ਲਾਉਣ ਨੂੰ ਸ਼ਾਮ ਨੂੰ ਸਾਰੀ ਸਹੂਲਤ ਦਊਂਗਾ ਤੁਹਾਨੂੰ, ਪਰ ਤੁਹਾਨੂੰ ਮੈਂ ਇਹ ਦੱਸ ਦੇਣਾ ਵੀ ਤੁਸੀਂ 1 ਮਹੀਨਾ ਤੋਂ ਬਾਹਰ ਨਹੀਂ ਜਾਣਾ, ਜੇ ਤੁਹਾਨੂੰ ਕੋਈ ਸਵਾਲ ਲੱਗਿਆ ਕਹਿ ਦਿਓ। ਕਮ ਸੇ ਕਮ ਕਾਨੂੰਨ ਬਣਾਇਆ, ਜੇ ਕਾਨੂੰਨ ਨਾਲ ਇਨਸਾਫ਼ ਨਹੀਂ ਦਊਗਾ ਤਾਂ ਸਾਨੂੰ ਯਕੀਨ ਕਿਵੇਂ ਬਣੂਗਾ? ਸਾਡਾ ਅਸੀਂ ਜੱਜ ਮੂਹਰੇ ਹੱਥ ਕਿਉਂ ਜੋੜਦੇ ਹਾਂ? ਕਿਉਂਕਿ ਸਾਨੂੰ ਹੁੰਦਾ ਵੀ ਇਨਸਾਫ਼ ਦਊਗਾ ਇਹ, ਜੇ ਜੱਜ ਹੀ ਸਾਨੂੰ ਕਹਿ ਦੇਵੇ ਸੌਰੀ ਸਰ। ਵਿਚਾਰੇ ਰੁਲਦੇ ਆ ਜੀ ਗੁਰਦੁਆਰੇ ਮੰਦਰਾਂ 'ਚ ਮੱਥੇ ਟੇਕਦੇ ਆ, ਹੱਥ ਜੋੜਦੇ ਆ ਵੀ ਸਾਡੇ ਬੱਚੇ ਆ ਜਾਣ। ਮੇਰੀ ਮਾਂ ਹੌਕੇ ਲੈ ਲੈ ਕੇ ਮਰ ਗਈ, ਵੇਟ ਕਰਦੀ ਕਰਦੀ, ਪਿਓ ਮੇਰਾ ਵੇਟ ਕਰਦਾ ਕਰਦਾ ਮਰ ਗਿਆ ਵੀ ਹੁਣ ਵੀ ਆਏ, ਹੁਣ ਵੀ ਆਏ, ਹੁਣ ਵੀ ਆਏ। ਹੁਣ ਸਾਡੇ ਬੱਚੇ ਜਵਾਨ ਹੋ ਗਏ, ਕੁੜੀ ਅੰਦਰ ਬੈਠੇ ਨੇ ਵਿਆਹਤੀ, ਬੇਟੀ ਦੇ ਆਨੰਦ ਕਾਰਜ ਦੀ ਮੈਨੂੰ ਪਰੋਲ ਮਿਲੀ 1.5 ਮਹੀਨੇ ਦੀ, ਔਰ ਤੁਸੀਂ ਮੰਨੋਗੇ ਵੀ ਹਾਈ ਕੋਰਟ ਤੋਂ ਮੈਨੂੰ ਪਰੋਲ ਮਿਲੀ, ਗਿਆ ਮੈਨੂੰ ਰਿਲੀਜ਼ ਪਤਾ ਜੇਲ੍ਹ ਨੇ ਕਦੋਂ ਕੀਤਾ? ਜਦ ਮੰਨ ਲਓ ਸਵੇਰੇ ਆਨੰਦ ਹੋਣਾ ਅਤੇ ਰਾਤ ਨੂੰ 11 ਵਜੇ ਘਰ ਜਾਂਦਾ ਮੈਂ। ਜਿਹੜੀ ਬਰਾਤ ਦਾ ਮੈਂ ਸਵਾਗਤ ਕਰਨਾ ਸੀ ਉਹ ਬਰਾਤ ਮੇਰਾ ਸਵਾਗਤ ਕਰਨ ਵਾਸਤੇ ਖੜੀ ਸੀ ਮੂਹਰੇ। ਦੇਖੋ ਜੀ ਇੱਦਾਂ ਹੁਣ ਹੈ ਮਸਲਾ ਇਹ ਆ ਵੀ ਤੁਸੀਂ ਚੰਗੀ ਤਰ੍ਹਾਂ ਜਾਣੀ ਜਾਣੋ, ਇਹੋ ਜਿਹਾ ਤਾਂ ਮੈਂ ਬਹੁਤ ਤੁਹਾਡੇ ਕੋਲ ਤੱਥਾਂ ਦੇ ਆਧਾਰ 'ਤੇ ਗੱਲ ਕਰ ਸਕਦਾ, ਬੜੇ ਮਤਲਬ ਮਜ਼ਬੂਤੀ ਨਾਲ ਗੱਲ ਕਰ ਸਕਦਾ, ਪਰ ਸਾਡੇ ਵੀਰ ਹਜੇ ਅੰਦਰ ਬੈਠੇ ਨੇ, ਉਹ ਉਹਨਾਂ ਵਾਸਤੇ ਕੰਡੇ ਆਪਾਂ ਕਾਹਨੂੰ ਬੀਜਣੇ ਆ? ਸਾਡੀ ਮਜ਼ਬੂਰੀ ਸਮਝਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਮਤਲਬ ਤੱਥਾਂ ਦੇ ਆਧਾਰ 'ਤੇ ਮੈਂ ਤੁਹਾਨੂੰ ਸਫਾਈ ਦੇ ਸਕਦਾ, ਸਬੂਤਾਂ ਦੇ ਨਾਲ ਤੁਹਾਨੂੰ ਸਫਾਈ ਦੇ ਸਕਦਾ, ਪਰ ਪੁੱਛਣਾ ਨਹੀਂ ਤੁਸੀਂ ਵੀਰ ਖਬਰ ਲੈਣੀ ਆ, ਤੁਸੀਂ ਜਿਉਂਦੇ ਵਾਸਤੇ ਰਹੋ, ਤੁਹਾਡੇ ਕਰਕੇ ਸਾਡੀ ਆਵਾਜ਼ ਚਲੀ ਜਾਣੀ ਆ ਰਾਜਾ ਸਾਹਿਬ ਤੱਕ ਪਹੁੰਚ ਜਾਵੇ ਤਾਂ ਕਿ ਉਹ ਸਾਡੀ ਰਿਹਾਈ ਬਣਾ ਦੇਣ, ਅਤੇ ਨਹੀਂ ਤਾਂ ਜੇ ਆਪਾਂ ਬੋਲਣ ਨੂੰ ਤਾਂ ਬਹੁਤ ਕੁਛ ਆ।
ਬਾਜੀ ਇੱਕੋ ਹੀ ਗੋਲੀ ਬੁਖਾਰ ਦੀ ਆ, ਉਹੀ ਜ਼ੁਕਾਮ ਦੀ ਆ, ਉਹੀ ਹੱਡ ਭੰਨਣੀ ਆ, ਸਾਰੇ ਕਾਸੇ ਦੀ ਉਹੀ ਹੈ। ਅਣਗਹਿਲੀ ਜੀ ਸਾਡੇ, ਮੈਂ ਤਾਂ ਸਾਰੇ ਆਵਾਮ ਦੀ ਮੰਨਦਾ ਜਿਹੜਾ ਗੌਰ ਹੀ ਨਹੀਂ ਕਰਦੇ, ਜਿਹੜੇ ਆਪਦੇ ਕੰਮ 'ਚ ਬਿਜੀ ਹੋਏ ਬੈਠੇ ਆ। ਜੇਲ੍ਹ ਪ੍ਰਸ਼ਾਸਨ ਕੋਰਟ ਵੀ ਉਦੋਂ ਹੀ ਧਿਆਨ ਦਊਗਾ ਨਾ ਜੀ। ਮੰਨ ਲਓ ਮੈਂ ਤੁਹਾਡੇ ਘਰ ਡਾਕਾ ਮਾਰਨ ਆ ਰਿਹਾ, ਜੇ ਤੁਹਾਨੂੰ ਲੱਗਿਆ ਵੀ ਜੇ ਤੁਸੀਂ ਮੂਹਰੋਂ ਡੰਡਾ ਚੱਕੋਗੇ, ਗਣਾਸਾ ਚੱਕੋਗੇ, ਰੌਲਾ ਪਾਓਗੇ, ਫੇਰ ਹੀ ਮੁੜੂੰਗਾ ਨਾ। ਜੇ ਤੁਸੀਂ ਦਰਵਾਜ਼ੇ ਖੋਲ੍ਹ ਦੋਗੇ, ਠੀਕ ਆ ਬਾਈ ਜੀ, ਲੈ ਜਾਓ ਲੁੱਟ ਕੇ, ਮੈਂ ਤਾਂ ਅਗਲੀ ਵਾਰੀ ਫੇਰ ਆਊਂਗਾ। ਆਵਾਜ਼ ਵੀ ਤਾਂ ਅਸੀਂ ਚੱਕਣੀ ਆ ਨਾ, ਅਸੀਂ ਲੋਕ ਬੋਲਦੇ ਨਹੀਂ, ਅਸੀਂ ਬਿਜੀ ਇੰਨੇ ਆ, ਆਪਾਂ ਕੀ ਲੈਣਾ ਉਹਦੇ ਨਾਲ। ਹੋ ਗਿਆ, ਕੋਈ ਗੱਲ ਨਹੀਂ, ਇਹਨਾਂ ਨੇ ਕਰਿਆ ਹੋਊਗਾ। ਦੂਸਰੀ ਗੱਲ ਆਪਾਂ ਕਹਿੰਦੇ ਨੇ ਗੈਂਗਸਟਰ, ਇਹ ਵੀ ਤੁਹਾਡੇ ਇਹਦੇ ਨਾਲ ਜੁੜਦਾ ਹੀ ਦੱਸਦਾ। ਉਹ ਆਮ ਲੋਕਾਂ ਨੂੰ, ਸਾਡੇ ਭੋਲੇ ਲੋਕ ਨੇ, ਕੰਮਾਂ ਕਾਰਾਂ 'ਚ ਬਿਜੀ ਨੇ, ਸਾਡੇ ਕੋਲ ਕੰਮ ਕਾਰ ਹੈ ਨਹੀਂ। ਉਹ ਕਹਿੰਦੇ ਜੀ ਗੈਂਗਸਟਰ ਹੈ ਤਾਂ ਬੰਦਾ ਹੀ ਮਾਰਦਾ ਹੋਊ। ਹੁਣ ਇੱਕ 307 ਦਾ ਪਰਚਾ ਹੋ ਗਿਆ ਜੀ, ਇਹ ਗੈਂਗਸਟਰ ਫਲਾਨਾ ਗਰੁੱਪ, ਉਹ ਚਾਹੇ ਗਰੁੱਪ ਨੂੰ ਜਾਣਦਾ ਹੋਵੇ ਚਾਹੇ ਨਾ ਜਾਣਦਾ ਹੋਵੇ, ਉਹ ਨੌਜਵਾਨ ਬੱਚਿਆਂ ਨੂੰ ਉਦੋਂ ਜਦ ਤੱਕ ਪਤਾ ਲੱਗਦਾ ਜਦ ਤੱਕ ਦੇਰ ਹੋ ਜਾਂਦੀ ਆ, ਜਦ ਤੱਕ ਬਹੁਤ ਦੇਰ ਹੋ ਜਾਂਦੀ ਹੈ, ਜਦ ਤੱਕ ਉਹਨਾਂ ਨੂੰ ਸਮਝ ਆਉਂਦੀ ਹੈ ਵੀ ਸਾਨੂੰ ਗਰੁੱਪ, ਪਹਿਲਾਂ ਤਾਂ ਕਹਿੰਦੇ ਗਰੁੱਪ, ਸਾਡਾ ਘੈਂਟ ਗਰੁੱਪ, ਪੰਜਾਬੀ ਬੰਦੇ ਆ, ਤੁਹਾਨੂੰ ਪਤਾ ਇੱਕ ਸਾਡਾ ਕਲਚਰ ਗਾਣੇ ਵਾਲਾ, ਪਰ ਉਹਨਾਂ ਦੇ ਵੀ ਉਹ ਤਾਂ, ਉਹਨਾਂ ਨੇ ਤਾਂ ਬਿਜ਼ਨਸ ਕਰਨਾ, ਜਦੋਂ ਅਸੀਂ ਲਾਈਗੀ ਉਹਨਾਂ ਚੀਜ਼ਾਂ ਨੂੰ ਵੱਧ ਤੋਂ ਵੱਧ ਕਰਾਂਗੇ, ਅਤੇ ਉਹਨਾਂ ਨੇ ਉਹੋ ਜਿਹਾ ਸਾਨੂੰ ਬਿਜ਼ਨਸ ਦੇਣਾ ਕਿ ਸਾਨੂੰ ਆਵਾਮ ਨੂੰ ਵੀ ਅੱਖਾਂ ਖੋਲ੍ਹਣੀਆਂ ਪਈਆਂ। ਬਹੁਤ ਸਾਡੀ ਘੱਟ ਗਿਣਤੀ ਆ, ਥੋੜ੍ਹੇ ਬੰਦੇ ਆ ਅਸੀਂ, ਸਾਨੂੰ ਥੋੜ੍ਹਾ ਜਿਹਾ ਅੱਖਾਂ ਖੋਲ੍ਹ ਕੇ ਧਿਆਨ ਦੇਣਾ ਚਾਹੀਦਾ ਵੀ ਸਾਡੇ ਸਿਸਟਮ ਦੇ ਵਿੱਚ ਹੋ ਕੀ ਰਿਹਾ। ਜੇ ਉਹ ਜਵਾਬਦੇਹੀ ਉਹਨਾਂ ਨੂੰ ਦੇਣੀ ਪਈ ਤਾਂ ਫੇਰ ਹੀ ਉਹ ਕਾਨੂੰਨ ਦੇ ਨਾਲ ਇਨਸਾਫ ਦੇਣਗੇ ਨਾ, ਜਦੋਂ ਕੋਈ ਪੁੱਛਦਾ ਹੀ ਨਹੀਂ। ਇਨਸਪੈਕਸ਼ਨ ਹੁੰਦੀ ਹੈ ਜੇਲ੍ਹ 'ਚ, ਜੱਜ ਆਉਂਦੇ ਨੇ, ਤੁਸੀਂ ਦੱਸਦੇ ਨਹੀਂ ਉਹਨਾਂ ਨੂੰ ਇਹ ਗੱਲ? ਉਹ ਖਾਨਾਪੂਰਤੀ ਹੈ ਜੀ, ਤੁਸੀਂ ਤਾਂ ਸੱਚ ਬੋਲ ਸਕਦੇ। ਜਦੋਂ ਇੱਕ ਕੈਦੀ ਬੰਦਾ, ਉਹਨੂੰ ਜਦੋਂ ਇਹ ਪੁੱਛ ਲੈਣਾ ਵੀ ਤੂੰ ਇਸੇ ਬੈਰਕ 'ਚ ਟੈਕੇ ਕੱਟਣੀ ਹੈ ਜਾਂ ਤੂੰ ਹਰੇਕ ਹਫ਼ਤੇ ਦੂਜੇ ਹਫ਼ਤੇ ਜਾਣਾ, ਧਮਕਾਇਆ ਜਾਂਦਾ ਜੀ। ਉਮਰ ਕੈਦ ਦੇ ਵਿੱਚ 7 ਜੇਲ੍ਹਾਂ 'ਚ ਚਲਾਣ ਪੈ ਗਏ, ਮੇਰਾ ਇੱਕ ਵੀ ਪਰਚਾ ਦਿਖਾਓ। ਪਰਚੇ ਤੋਂ ਬਿਨਾਂ ਤਾਂ ਨਹੀਂ ਆਪਾਂ ਚਲਾਣ ਪਾ ਸਕਦੇ, ਮੇਰਾ ਇੱਕ ਵੀ ਪਰਚਾ ਦਿਖਾਓ। ਪਟਿਆਲੇ, ਫਰੀਦਕੋਟ, ਬਰਨਾਲੇ, ਬਠਿੰਡੇ, ਮੇਰਾ ਭਰਾ ਬਠਿੰਡੇ ਆ, ਮੈਂ ਲੁਧਿਆਣੇ ਆ, ਸਕੇ ਭਰਾ ਨਹੀਂ ਇਕੱਠੇ ਰਹਿਣ ਦਿੱਤੇ ਹੋਏ। ਸਾਡਾ ਪਰਚਾ ਦਿਖਾਓ, ਉਹ ਵੀ ਜੇਲ੍ਹ 'ਚ, ਸਾਡਾ ਇੱਕ ਵੀ ਪਰਚਾ ਦਿਖਾਓ। ਜਦੋਂ ਵੀਰ ਜੀ ਤੁਹਾਡੇ ਬੱਚੇ ਮੇਰੇ ਹੱਥ 'ਚ ਨੇ, ਤੁਹਾਨੂੰ ਮੈਂ ਮੰਗੀ ਆ ਫਰੌਤੀ, ਤੇ ਤੁਸੀਂ, ਤੁਹਾਨੂੰ ਮੈਂ ਵਾਰਨਿੰਗ ਦੇ ਦਿੱਤੀ ਵੀ ਜੇ ਤੁਹਾਡੀ ਇੱਕ ਵੀ ਪੁਲਿਸ ਦੀ ਮੈਂ ਹਰਕਤ ਦੇਖ ਲਈ ਤਾਂ ਤੁਸੀਂ ਬੋਲੋਗੇ? ਖਾਨਾਪੂਰਤੀ ਹੈ ਜੀ, ਹਾਂ, ਕਾਗਜ਼ ਬੈਠ ਕੇ ਦਫ਼ਤਰ 'ਚ ਬਣਨੇ ਆ। ਜੇ ਕੋਈ ਇਮਾਨਦਾਰ ਅਫਸਰ ਆ, ਇਹ ਨਹੀਂ ਹੈਗਾ ਇਮਾਨਦਾਰ ਅਫਸਰ ਨਹੀਂ ਹੈਗੇ, ਬਹੁਤ ਇਮਾਨਦਾਰ ਅਫਸਰ ਨੇ ਜਿਨ੍ਹਾਂ ਦੇ ਸਿਰ 'ਤੇ ਅਸੀਂ ਜੇਲ੍ਹਾਂ ਕੱਟ ਗਏ, ਹੋਰ ਰਿਟਾਇਰ ਹੋ ਕੇ ਵੀ ਚਲੇ ਗਏ, ਜਿਨ੍ਹਾਂ ਦੇ ਸਿਰ 'ਤੇ ਅਸੀਂ ਸਮਾਂ ਕੱਟ ਗਏ, ਉਹਨਾਂ ਨੇ ਸਾਨੂੰ ਦੱਸਿਆ ਵੀ ਤੁਹਾਨੂੰ ਸਮਾਂ ਕੱਟਣਾ ਪੈਣਾ, ਅਤੇ ਆਪਦੇ ਮੂੰਹ 'ਤੇ ਕੰਟਰੋਲ ਰੱਖਿਓ, ਘਰਦਿਆਂ ਨੂੰ ਪਿੱਛੇ ਨਾ ਬੁਲਾਇਓ, ਜ਼ਿਆਦਾ ਪਰੇਸ਼ਾਨ ਨਾ ਕਰਿਓ। ਅਤੇ ਉਹਨਾਂ ਦੇ ਸਿਰ 'ਤੇ ਸਮਾਂ ਸੀ, ਉਹਨੂੰ ਵਧੀਆ ਅਫਸਰ ਸੀਗੇ, ਉਹਨਾਂ ਨੇ ਇੱਕ ਤਨਖਾਹ ਤੋਂ ਬਿਨਾਂ ਕਦੇ 10 ਰੁਪਏ ਦੀ ਚਾਹ ਨਹੀਂ ਪੀਤੀ। ਹੁਣ ਕੋਈ ਫਰਕ ਨਹੀਂ ਪੈਂਦਾ ਜੀ, 14 ਸਾਲਾਂ ਬਾਅਦ ਆਇਆ, ਮੇਰੀ ਜ਼ਮਾਨਤ ਕੈਂਸਲ ਕਰਤੀ, ਹੁਣ ਮੈਨੂੰ ਹੋਰ ਕੀ ਕਰ ਲੈਣਗੇ? ਤੂੰ ਕਰ ਲੈਣ ਜੀ, ਫਿਰ ਗੋਲੀ ਮਾਰ ਦੇਣ, ਗੋਲੀ ਮਾਰ ਦੇਣ, ਫਿਰ ਉਹ ਕੀ ਕਰਨ, ਹੋਰ ਹੁਣ ਕੀ ਕਰ ਸਕਦੇ ਆ? ਜੇਲ੍ਹ 'ਚ ਹੀ ਬੈਠੇ ਆ। ਜਦੋਂ ਮੈਨੂੰ ਆਪਾਂ ਕਹਿੰਦੇ ਉਮਰ ਕੈਦ, ਕੋਈ 9 ਸਾਲ ਬਾਅਦ ਰਿਹਾ ਹੁੰਦਾ, ਕੋਈ 10 ਸਾਲ ਬਾਅਦ, ਕੋਈ 12 ਸਾਲਾਂ ਬਾਅਦ, ਸਾਡੀ ਤਾਂ ਕੋਈ ਲਿਮਿਟ ਹੀ ਨਹੀਂ। ਸਾਤੋਂ ਉਮੀਦ ਤੁਸੀਂ ਕਰ ਸਕਦੇ ਹੋ ਪੱਤਰਕਾਰ ਵੀਰ, ਵੀ ਅਸੀਂ ਵਧੀਆ ਵਧੀਆ ਬੋਲੀਏ, ਜਾਂ ਤੁਹਾਡੇ ਸਮਾਜ ਦੇ ਵਿੱਚ ਅਸੀਂ ਵਧੀਆ ਵਧੀਆ ਗੱਲਾਂ ਕਰੀਏ, ਪਾਣੀ ਦੀ ਯਾਰ ਦੱਸੋ ਕਿਵੇਂ ਕਿਵੇਂ ਉਮੀਦ ਕਰ ਸਕਦੇ ਹੋ? ਸਾਤੋਂ ਲੱਖਾ ਸਲਾਣਾ ਮੇਰਾ ਛੋਟਾ ਭਾਈ ਹੈ ਜੀ, ਮੈਂ ਉਹੀ ਗੱਲ ਕਰਦਾ ਵਧੀਆ। ਜੇ ਹੁਣ ਆਵਾਮ ਖੜਿਆ, ਦੇਖੋ ਉਹਦੀ ਭਾਜੀ ਦੀ ਗੱਲ ਦੇ ਨਾਲ ਗੱਲ ਜੁੜ ਗਈ ਨਾ, ਜੇ ਆਵਾਮ ਖੜਿਆ, ਦੁਨੀਆ ਨਾਲ ਖੜੀ ਆ, ਤਾਂ ਬੋਲਣ ਜੋਗਾ।
दुनिया हट जाए पिछे से लखा दाना लभ के कह दियो। ताजा अपडेट्स और बड़ी खबरों के लिए सब्सक्राइब करें आज प्रकाश टीवी और बेल आइकन दबाना ना भूलें।